ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਅਤੇ ਪਾਕਿਸਤਾਨ ਬਾਰੇ ਮੈਂ ਵੀ ਸੰਖੇਪ ਜਿਹਾ ਚਾਨਣਾ ਪਾਉਣਾ ਚਾਹੁੰਦਾ। ਜਿਹੜੇ ਲੋਕ ਉਸ ਦੇ ਇਸ ਦੌਰੇ ਦੀ ਹਮਾਇਤ ਕਰਦੇ ਉਹਨਾਂ ਨਾਲ ਵੀ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਕਿ ਸਿੱਧੂ ਨੂੰ ਪਾਕਿਸਤਾਨ ਜਾਣ ਤੋਂ ਪਹਿਲਾਂ ਅਤੇ ਉਹਦੇ ਹਮਾਇਤੀਆਂ ਨੂੰ ਉਹਦੀ ਹਮਾਇਤ ਕਰਨ ਤੋਂ ਪਹਿਲਾਂ ਇੱਕ ਗਾਣੇ ਦੀਆਂ ਦੋ ਲੈਣਾਂ ਸੁਣ ਲੈਣੀਆਂ ਚਾਹੀਦੀਆਂ ਸੀਗੀਆਂ ਕਿ ਐ ਮੇਰੇ ਵਤਨ ਕੇ ਲੋਗੋ ਜਰਾ ਆਂਖ ਮੈਂ ਭਰ ਲਓ ਪਾਣੀ, ਜੋ ਸ਼ਹੀਦ ਹੋਏ ਹੈ ਉਨਕੀ ਜਰਾ ਆਜ਼ਾਦ ਕਰੋ ਕੁਰਬਾਨੀ। ਪਾਕਿਸਤਾਨ ਨੇ ਪਿਛਲੇ 35 ਸਾਲਾਂ ਤੋਂ ਖਾਸ ਕਰਕੇ ਪੰਜਾਬ ਨੂੰ ਦਿੱਤਾ ਕੀ ਹੈ? ਹਥਿਆਰ, ਨਸ਼ਾ, ਬੇਰੁਜ਼ਗਾਰੀ, ਗਰੀਬੀ ਅਤੇ ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਦੇਖ ਕੇ ਕੋਈ ਵੀ ਪੰਜਾਬ 'ਚ ਕੰਮ ਕਰਨ ਨੂੰ ਰਾਜ਼ੀ ਨਹੀਂ ਹੈ। ਕੋਈ ਵੱਡਾ ਕਾਰੋਬਾਰੀ ਇੱਥੇ ਆਉਣ ਨੂੰ ਤਿਆਰ ਨਹੀਂ ਹੈ। ਇਹਨਾਂ ਸਾਜ਼ਿਸ਼ਾਂ 'ਚ ਇਕੱਲਾ ਪਾਕਿਸਤਾਨ ਹੀ ਨਹੀਂ, ਸਾਡੇ ਆਪਣੇ ਮੁਲਕ 'ਚ ਹੀ ਕਈ ਗੱਦਾਰ ਬੈਠੇ ਹਨ, ਲੀਡਰਾਂ ਦੇ ਰੂਪ 'ਚ, ਅਫਸਰਾਂ ਦੇ ਰੂਪ ਦੇ ਵਿੱਚ ਅਤੇ ਸਮਗਲਰਾਂ ਦੇ ਰੂਪ ਦੇ ਵਿੱਚ, ਜਿਨ੍ਹਾਂ 'ਚ ਇੱਕ ਨਾਮ ਸਿੱਧੂ ਦਾ ਵੀ ਸ਼ਾਮਿਲ ਹੋ ਗਿਆ। ਇਹਨਾਂ ਲੋਕਾਂ ਲਈ ਤਾਂ ਮੈਂ ਇਹੀ ਕਹੂੰਗਾ ਕਿ ਹਮਾਰਾ ਸਵਰਗ ਕੁਛ ਭੇੜੀਓਂ ਕਾ ਸ਼ਿਕਾਰ ਹੈ, ਦੇਸ਼ ਦਰੋਹੀ ਹੀ ਕਹੂੰਗਾ ਉਹਨੇ, ਇਸੀ ਕਿ ਉਹ ਹੱਕਦਾਰ ਹੈ। ਮੈਂ ਸਮਾਜ ਨੂੰ, ਦੇਸ਼ ਨੂੰ ਧਰਮ ਦੇ ਨਾਂ 'ਤੇ ਵੰਡਣਾ ਨਹੀਂ ਚਾਹੁੰਦਾ, ਪਰ ਕੁਝ ਲੋਕਾਂ ਦਾ ਦੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਨਸ਼ਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ ਰਹਿੰਦਾ ਵਾਂ। 1984 ਦੇ ਦੰਗੇ ਸਭ ਨੂੰ ਯਾਦ ਹਨ, ਕਿਸੇ ਦੇ ਦਿਲ ਤੋਂ ਭੁੱਲ ਨਹੀਂ ਸਕਦੇ। ਕੁਝ ਘਟੀਆ ਸੋਚ ਵਾਲਿਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਕੀ ਗੱਲ ਭਾਰਤ ਦੇ ਸਾਰੇ ਹਿੰਦੂ ਮਾੜੇ ਹੋ ਗਏ? ਉਹੋ ਜਿਹੀ ਸੋਚ ਵਾਲੇ ਕੁਝ ਲੋਕਾਂ ਨੇ ਹਿੰਦੂਆਂ ਦਾ ਕਤਲੇਆਮ ਕੀਤਾ ਅਤੇ ਕੀ ਦੁਨੀਆ ਦੇ ਸਾਰੇ ਸਿੱਖ ਮਾੜੇ ਹੋ ਗਏ? ਅਤੇ ਜੇ ਇਸੇ ਗੱਲ 'ਤੇ ਹੀ ਅਮਲ ਕਰਨਾ ਤਾਂ ਫਿਰ ਮੁਸਲਮਾਨਾਂ ਹੱਥੋਂ ਅਤੇ ਭਾਰਤ ਦੇ ਕਿੰਨੇ ਗੁਰੂ ਪੀਰ ਪੈਗੰਬਰ ਸ਼ਹੀਦ ਹੋਏ ਆ, ਫਿਰ ਮੁਸਲਮਾਨ ਤੁਹਾਡੀ ਨਜ਼ਰ 'ਚ ਚੰਗੇ ਕਿਵੇਂ ਹੋ ਸਕਦੇ ਆ? ਨਾ ਹਿੰਦੂ ਬੁਰਾ, ਨਾ ਮੁਸਲਮਾਨ ਬੁਰਾ, ਨਾ ਸਿੱਖ ਬੁਰਾ। ਕੁਝ ਲੋਕਾਂ ਦੀ ਸੋਚ ਮਾੜੀ ਹੋ ਸਕਦੀ ਆ, ਪਰ ਧਰਮ ਕਦੀ ਮਾੜਾ ਨਹੀਂ ਹੋ ਸਕਦਾ, ਧਰਮ ਕਦੀ ਗਲਤ ਨਹੀਂ ਹੋ ਸਕਦਾ। ਮੈਂ ਤਾਂ ਧਰਮ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ। ਭਾਵੇਂ ਮੈਨੂੰ ਹਿੰਦੂ ਕਹਿ ਲਓ, ਭਾਵੇਂ ਮੈਨੂੰ ਮੁਸਲਮਾਨ ਕਹਿ ਲਓ, ਭਾਵੇਂ ਮੈਨੂੰ ਸਿੱਖ ਕਹਿ ਲਓ, ਮੈਂ ਤਾਂ ਹਮੇਸ਼ਾ ਉਹ ਜਗ੍ਹਾ ਲੱਭਦਾ ਰਹਿੰਦਾ ਕਿ ਚੱਲ ਬੁੱਲਿਆ, ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ। ਪਾਕਿਸਤਾਨ ਅਤੇ ਉਹਦੇ ਮਿੱਤਰਾਂ ਦੇ ਸੋਹਲੇ ਗਾਉਣ ਤੋਂ ਪਹਿਲਾਂ ਕਦੀ ਇੱਕ ਝਾਤ ਇਹ ਵੀ ਮਾਰ ਲਓ ਕਿ ਪਾਕਿਸਤਾਨ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ 'ਚ ਰਹਿੰਦੇ ਹਿੰਦੂ ਅਤੇ ਸਿੱਖਾਂ ਦਾ ਹਾਲ ਕੀ ਕੀਤਾ ਹੋਇਆ। 1947 ਦੇ ਵਿੱਚ ਪਾਕਿਸਤਾਨ ਦੇ ਵਿੱਚ 23% ਹਿੰਦੂ ਸਿੱਖ ਸੀਗੇ, ਜੋ ਹੁਣ ਘੱਟ ਕੇ ਸਿਰਫ 1% ਰਹਿ ਗਏ, ਜਾਂ ਧਰਮ ਬਦਲ ਗਏ ਜਾਂ ਦੇਸ਼ ਛੱਡ ਗਏ। ਅਤੇ ਇੱਧਰ ਭਾਰਤ ਦੇ ਵਿੱਚ 1947 ਦੇ ਵਿੱਚ ਸਿਰਫ 8% ਮੁਸਲਮਾਨ ਸੀਗੇ, ਜੋ ਹੁਣ ਵੱਧ ਕੇ 16% ਤੱਕ ਪਹੁੰਚ ਗਏ। ਅਤੇ ਫਿਰ ਵੀ ਭਾਰਤ 'ਚ ਘੱਟ ਗਿਣਤੀਆਂ ਨੂੰ ਖਤਰਾ ਕਿਵੇਂ ਹੋ ਸਕਦਾ? ਫਿਰ ਭਾਰਤ ਮਾੜਾ ਕਿਵੇਂ ਹੋ ਸਕਦਾ? ਇਹ ਸਭ ਧਰਮਾਂ ਦਾ ਸਾਂਝਾ ਦੇਸ਼ ਹੈ, ਇੱਥੇ ਹਰ ਧਰਮ ਨੂੰ ਆਪਣੇ ਰੀਤੀ ਰਿਵਾਜ਼ ਮਨਾਉਣ ਦੀ ਆਜ਼ਾਦੀ ਹੈ। ਕਿ ਗੂੰਜੇ ਕਹੀਂ ਪੇ ਸ਼ੰਖ, ਕਹੀਂ ਪੇ ਆਜ਼ਾਨ ਹੈ, ਬਾਈਬਲ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਔਰ ਗੀਤਾ ਕਾ ਗਿਆਨ ਹੈ, ਦੁਨੀਆ ਮੇਂ ਕਹੀਂ ਔਰ ਯੇ ਮੰਜ਼ਰ ਨਹੀਂ ਨਸੀਬ, ਦਿਖਾਓ ਜ਼ਮਾਨੇ ਕੋ ਯੇ ਹਿੰਦੁਸਤਾਨ ਹੈ। ਹੁਣ ਗੱਲ ਕਰਦੇ ਹਾਂ ਇੱਕ ਸਵਾਰਥੀ ਅਤੇ ਗੱਦਾਰ ਨਵਜੋਤ ਸਿੰਘ ਸਿੱਧੂ ਦੀ, ਜਿਹੜਾ ਲੋੜ ਪੈਣ 'ਤੇ ਆਪਣੇ ਲਾਲਚ ਲਈ ਦੇਸ਼ ਤਾਂ ਕੀ ਆਪਣੇ ਪਿਓ ਨੂੰ ਵੀ ਧੋਖਾ ਦੇ ਸਕਦਾ, ਅਤੇ ਜਿਹੜਾ ਹਵਾ ਦੇ ਹਿਸਾਬ ਨਾਲ ਰੁੱਖ ਅਤੇ ਹਾਲਾਤ ਦੇ ਹਿਸਾਬ ਨਾਲ ਅਸੂਲ ਅਤੇ ਵਕਤ ਦੇ ਹਿਸਾਬ ਨਾਲ ਰਿਸ਼ਤੇ ਬਦਲਣ 'ਚ ਮਾਹਰ ਹੈ, ਇਹ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਜੀਵਨ ਦੇ ਵਿੱਚ ਹਰ ਵੇਲੇ ਕਹਿੰਦਾ ਰਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਮੈਨੂੰ ਸਿਆਸਤ ਵਿੱਚ ਲੈ ਕੇ ਆਏ, ਉਹ ਮੇਰੇ ਪਿਤਾ ਸਮਾਨ ਅਤੇ ਸਿਆਸੀ ਪਿਓ ਵੀ ਸਨ, ਅਤੇ ਫਿਰ ਇੱਧਰ ਪਿਓ ਮਰਿਆ ਹੋਵੇ ਅਤੇ ਤੂੰ ਉੱਧਰ ਵਿਆਹ ਵੜਿਆ ਹੋਵੇ, ਉਹ ਵੀ ਦੁਸ਼ਮਣ ਦੇਸ਼ ਦੇ ਵਿੱਚ ਹੋਇਆ, ਤਾਂ ਫਿਰ ਗੱਦਾਰ ਹੀ ਨਾ। ਗੁਨਾਹ ਕਰਕੇ ਕਹਾਂ ਛਿਪੇਗਾ ਇਹ ਗਾਲਿਬ, ਯੇ ਜ਼ਮੀਨ ਆਸਮਾਨ ਸਭ ਉਸੀ ਕਾ ਹੈ। ਪਾਕਿਸਤਾਨ ਦਾ ਲਾ ਮਿਨਿਸਟਰ ਆਪਣੇ 4 ਬੰਦੇ ਲੈ ਕੇ ਇੱਥੇ ਆਇਆ ਹੋਵੇ ਸ਼੍ਰੀ ਵਾਜਪੇਈ ਜੀ ਦੇ ਸੰਸਕਾਰ 'ਚ ਸ਼ਾਮਿਲ ਹੋਣ ਲਈ, ਅਤੇ ਕਿੰਨੀ ਸ਼ਰਮ ਦੀ ਗੱਲ ਹੈ ਵਾਜਪੇਈ ਦਾ ਮੂੰਹ ਬੋਲਿਆ ਮੁੰਡਾ ਉਹਨਾਂ ਦੀ ਮੌਤ 'ਤੇ ਜਸ਼ਨ ਮਨਾਉਣ ਲਈ ਪਾਕਿਸਤਾਨ ਗਿਆ ਹੋਵੇ, ਸਵਾਏ ਉੱਥੇ ਦੰਦ ਕੱਢਣ 'ਤੇ, ਉੱਥੇ ਹਾਸਾ ਮਜ਼ਾਕ ਕਰਨ ਤੋਂ ਤੂੰ ਕੀਤਾ ਵੀ ਕੀ ਮਸਖਰਿਆ, ਅਤੇ ਵਾਪਸ ਆ ਕੇ ਆਪਣੀ ਆਦਤ ਦੇ ਅਨੁਸਾਰ ਫਿਰ ਭੋਲੇ ਭਾਲੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਧਰਮ ਦੇ ਨਾਮ ਦੇ ਉੱਤੇ,
ਕਈ ਲੋਕ ਫਿਰ ਤੇਰੀਆਂ ਗੱਲਾਂ ਦੇ ਵਿੱਚ ਆ ਗਏ। ਜਨਰਲ ਬਾਜਵਾ ਨੂੰ ਜੱਫੀ ਪਾਉਣ 'ਤੇ ਜਦੋਂ ਤੇਰਾ ਵਿਰੋਧ ਹੋਇਆ ਅਤੇ ਤੂੰ ਲੋਕਾਂ ਦੀ ਆਸਥਾ ਦਾ ਪੱਤਾ ਖੇਡਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਨਰਲ ਬਾਜਵਾ ਮੈਨੂੰ ਗੱਲ ਲਾ ਕੇ ਇਹ ਕਹਿ ਰਹੇ ਸਨ ਕਿ 550ਵੇਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਉੱਤੇ ਅਸੀਂ ਕਰਤਾਰਪੁਰ ਵਾਲਾ ਲਾਂਘਾ ਖੋਲ੍ਹ ਦਿਆਂਗੇ ਅਤੇ ਇਮਰਾਨ ਖਾਨ ਨਾਲ ਮੈਂ ਲਾਹੌਰ ਅਤੇ ਵਾਹਗਾ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ। ਗੱਪੀਆ ਅਤੇ ਝੂਠਿਆ, ਤੇਰੀਆਂ ਇਹਨਾਂ ਗੱਲਾਂ 'ਤੇ ਯਕੀਨ ਕਿਵੇਂ ਕਰੀਏ ਜਿੰਨਾ ਤੂੰ ਅੱਜ ਤੱਕ ਝੂਠ ਤੋਲਿਆ। ਜੇ ਸੱਚ 'ਚ ਆਪਣੇ ਪਿਓ ਦਾ, ਜੇ ਤੂੰ ਸੱਚ 'ਚ ਸੱਚਾ ਵਾਂ ਅਤੇ ਇਹ ਬਿਆਨ ਜਨਰਲ ਬਾਜਵੇ ਕੋਲੋਂ ਅਤੇ ਇਮਰਾਨ ਖਾਨ ਕੋਲੋਂ ਇੱਕ ਵਾਰੀ ਦਵਾ ਅਤੇ ਸਾਨੂੰ ਵੀ ਪਤਾ ਲੱਗੇ ਤੇਰਾ ਉਹਨਾਂ ਨਾਲ ਕਿੰਨਾ ਕੁ ਨੇੜ ਹੈ ਅਤੇ ਤੈਨੂੰ ਉਹਨਾਂ ਦੇ ਉੱਤੇ ਕਿੰਨਾ ਕੁ ਵਿਸ਼ਵਾਸ ਹੈ। ਸਿਰਫ ਗੱਲਾਂ 'ਚ ਲੋਕਾਂ ਨੂੰ ਸ਼ਦਾਈ ਬਣਾਉਣਾ ਕਿ ਮਾਨਾ ਕਿ ਤੁਮ ਗੁਫ਼ਤਗੂ ਕੇ ਫਨ ਮੇਂ ਮਾਹਿਰ ਹੋ ਸਿੱਧੂ, ਵਫਾ ਕੇ ਲਫ਼ਜ਼ ਪੇ ਅਟਕੇ ਤੋ ਹਮੇਂ ਯਾਦ ਕਰ ਲੈਣਾ। ਜੋ ਭਾਰਤ ਦੀਆਂ ਏਜੰਸੀਆਂ ਕੋਲ ਰਿਪੋਰਟ ਆਈ ਤੇਰੀਆਂ ਜਨਰਲ ਬਾਜਵੇ ਨੂੰ ਗੱਲ ਆ ਕੇ ਜੱਫੀ ਪਾਉਣ ਵਾਲੀ, ਉਹ ਤਾਂ ਇਹ ਕਹਿ ਰਹੇ ਆ ਕਿ ਜਨਰਲ ਬਾਜਵੇ ਨੇ ਤੇਰੇ ਕੰਨ ਦੇ ਵਿੱਚ ਇਹ ਕਿਹਾ ਕਿ ਸਾਨੂੰ ਭਾਰਤ ਦੇ ਵਿੱਚ ਵਾਰਦਾਤਾਂ ਕਰਨ ਲਈ ਅਸਲਾ ਰੱਖਣ 'ਚ ਬੜੀ ਦਿੱਕਤ ਆਉਂਦੀ ਹੈ, ਤੇਰੀ ਕੋਠੀ ਬਾਰਡਰ ਦੇ ਕੋਲ ਹੈ ਉੱਥੇ ਰਖਾ ਦਿਆ ਕਰ ਤਾਂ ਜੋ ਸਾਡੇ ਕੰਮ ਆ ਸਕੇ। ਤੇਰਾ ਇੰਨਾ ਪਿਆਰ ਅਤੇ ਨੇੜ ਜਿੰਨਾ ਤੂੰ ਪਾਕਿਸਤਾਨ ਨਾਲ ਦੱਸਿਆ ਅਤੇ ਦਰਸਾਇਆ, ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਭਾਰਤ 'ਚ ਕੋਈ ਪਾਕਿਸਤਾਨੀ ਅੱਤਵਾਦੀ ਜਾਂ ਪਾਕ ਫੌਜ ਵੱਲੋਂ ਕੋਈ ਵਾਰਦਾਤ ਹੁੰਦੀ ਹੈ ਅਤੇ ਇਸ ਦੀ ਨਿਰੋਲ ਜ਼ਿੰਮੇਵਾਰੀ ਤੇਰੀ ਹੋਣੀ ਚਾਹੀਦੀ ਹੈ। ਅਖੀਰ 'ਚ ਮੈਂ ਤੈਨੂੰ ਇਹ ਕਹਿਣ ਲੱਗਾ ਕਿ ਜਿਹੜਾ ਤੋਹਫ਼ਾ ਉਹਨਾਂ ਤੈਨੂੰ ਦੇ ਕੇ ਤੋਰਿਆ, ਜੇ ਤੂੰ ਨਾਂ ਵੀ ਲੈ ਕੇ ਆਉਂਦਾ ਉੱਥੇ ਉਹਨਾਂ ਤੈਨੂੰ ਪਾਕਿਸਤਾਨੀ ਜੁੱਤੀਆਂ ਦਾ ਜਿਹੜਾ ਤੋਹਫ਼ਾ ਦਿੱਤਾ ਅਸਲੀ ਹੱਕਦਾਰ ਤੂੰ ਇਹਦਾ ਹੀ ਆ। ਜੇ ਤੂੰ ਨਾਂ ਵੀ ਲੈ ਕੇ ਆਉਂਦਾ ਤਾਂ ਇਸ ਹਫ਼ਤੇ ਮੈਂ ਤੇਰਾ ਐਡਾ ਵੱਡਾ ਖੁਲਾਸਾ ਕਰਨਾ ਕਿ ਪੰਜਾਬ 'ਚ ਤੈਨੂੰ ਜੁੱਤੀਆਂ ਦੀ ਕਮੀ ਨਹੀਂ ਰਹਿਣੀ, ਇੱਥੇ ਵੀ ਮੈਂ ਤੈਨੂੰ ਕਮੀ ਨਹੀਂ ਰਹਿਣ ਦੇਣੀ। ਇਹ ਜਿਹੜਾ ਘਨਾਉਣਾ ਕੰਮ ਕੀਤਾ ਮੈਂ ਤੇਰਾ ਸ਼ੁੱਕਰਵਾਰ ਸ਼ਨੀਵਾਰ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਆਊਂਗਾ ਅਤੇ ਜਿਹੜੇ ਅਜੇ ਵੀ ਤੇਰੇ ਅੰਨੇ ਭਗਤ ਆ ਮੈਂ ਉਹਨਾਂ ਲਈ ਇਹੋ ਕਹਿਣਾ ਅਖੀਰ ਦੇ ਵਿੱਚ, ਸਭ ਕੋ ਮਾਲੂਮ ਹੈ ਕਿ ਨਵਜੋਤ ਸਿੰਘ ਸਿੱਧੂ ਗੱਦਾਰ ਹੈ, ਫਿਰ ਵੀ ਵੋ ਬਹੁਤ ਸੇ ਲੰਗੂਰੋਂ ਕਾ ਸਰਦਾਰ ਹੈ।